ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਲਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤਾਰੇ ਜੀ ਐਸੇ ਅੰਗੁਰਾਂ ਤੋਂ ਪਲ ਪਲ ਜਾਈਏ ਆਪਕਤ ਮੋਹੇ ਤਾਰੇ ਜੀ ਐਸੇ ਗੁਰਾਂ ਤੋਂ ਪਲ ਪਲ ਜਾਈਏ Thank you.
ਐਸੀ ਗੁਰ ਕੋ ਬਲ ਬਲ ਜਾਈਏ, ਐਸੀ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਲੱਖ 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 ਕਈ ਕੋਰੇ, ਲੱਖ 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 ਕਈ ਕੋਰੇ, ਤੂੰ ਹੈ ਐਸੋ ਵਿਚਾਰੇ, ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੁੰਗਾ ਮੁਸਕਾਰੇ, ਜਾਮਾ ਬਲਿਹਾਰ ਜੀ ਮੈਂ ਆਪਣੇ ਖੰਡਾਂ ਬਰੇ
ਬ੍ਰਹਿਮੰਡਾਂ ਦੇ ਮਾਲਕ ਕੁਦਰਤੀ ਕ੍ਰਿਸ਼ਮਾ ਇਲਾਹੀ ਨੂਰ ਦੋ ਜਹਾਨ ਵਾਲੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਪਹੁੰਚੇ ਹਾਂ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬੀਬੀ ਭਾਨੀ ਔਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅਸੀਂ ਤੁਸੀਂ ਵੀ ਸੰਸਾਰ 'ਤੇ ਆਏ ਹਾਂ। ਇਹ ਸੰਸਾਰ ਇੱਕ ਬਹੁਤ ਵੱਡਾ ਜੇਲ੍ਹ ਖਾਨਾ ਹੈ। ਜਿਵੇਂ ਜੇਲ੍ਹ ਦੇ ਅੰਦਰ ਕੈਦੀ ਆਪਣੇ ਕਰਮਾਂ ਦੀ ਸਜ਼ਾ ਭੁਗਤਦੇ ਨੇ, ਜਿਹੜਾ ਦਰੋਗਾ ਹੈ ਜੇਲਰ ਜਾਂ ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ, ਜੇਲਰ ਉਹਨਾਂ ਦੀ ਦੇਖਭਾਲ ਕਰਦਾ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਅਸੀਂ ਆਪਣੇ ਕਰਮਾਂ ਦਾ ਹਿਸਾਬ ਭੁਗਤਣ ਦੇ ਵਾਸਤੇ ਇਸ ਮਾਤ ਲੋਕ 'ਤੇ ਆਉਂਦੇ ਹਾਂ। ਪਰ ਜਿਹੜੇ ਗੁਰੂ ਪੀਰ ਹੁੰਦੇ ਨੇ ਉਹ ਸਾਨੂੰ ਸੋਝੀ ਦੇਣ ਵਾਸਤੇ ਆਉਂਦੇ ਨੇ ਵੀ ਇਹ ਤੇਰਾ ਦੇਸ਼ ਨਹੀਂ ਹੈ। ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਕੋਈ ਡਿਊਟੀ ਲਾ ਕੇ ਭੇਜਦਾ ਹੈ। ਕੱਲ੍ਹ ਵੀ ਵਿਚਾਰ ਚੱਲਦੀ ਸੀ, ਨਾਨਕ ਕੱਚਣਿਆਂ ਸਿਉ ਤੋੜ, ਟੂੰਡ ਸੱਜਣ ਸੰਤ ਪੱਕਿਆ, ਓਏ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਜੀਵਨ ਦੇ ਅੰਦਰ ਜੇ ਕਿਤੇ ਸਾਧੂ ਮਿਲ ਜੇ ਕ੍ਰਾਂਤੀ ਆ ਜਾਂਦੀ ਹੈ, ਕ੍ਰਾਂਤੀ ਜੀਵਨ ਬਦਲ ਜਾਂਦਾ ਹੈ। ਉਹਨਾਂ ਨੂੰ ਪਰਮੇਸ਼ਰ ਕੰਨਿਓ, ਅਕਾਲ ਪੁਰਖ ਕੰਨਿਓ, ਜਿਹੜੀ ਬਖਸ਼ਿਸ਼ ਮਿਲੀ ਹੁੰਦੀ ਹੈ ਉਹ ਅੱਗੇ ਸੰਸਾਰ ਨੂੰ ਵਰਤਾਉਂਦੇ ਨੇ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜਿਹੜਾ ਬਾਣੀ ਉਚਾਰਨ ਤਾਂ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰੇ ਤੋਂ ਕਰ ਦਿੱਤੀ ਸੀ, ਤਿੰਨ ਦਿਨ ਬੇਈ ਨਦੀ ਰਾਹੀਂ ਪਰਮੇਸ਼ਰ ਦੀ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਪਹੁੰਚੇ, ਜਿਹਦੀ ਬਾਬਤ ਤੇ ਜ਼ਬਾਨ ਦੇ ਨਾਲ ਕਹਿਣਾ ਬਹੁਤ ਮੁਸ਼ਕਲ ਹੈ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਹੇ ਵਾਹਿਗੁਰੂ,
ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲਣਾ ਕਰਦਾ, ਉਹ ਦਰ ਕਿਹੋ ਜਿਹਾ, ਉਹ ਕਰ ਕਿਹੋ ਜਿਹਾ ਹੈ। ਜਿਵੇਂ ਕਿਸੇ ਮੰਦਰ ਦੇ ਅੰਦਰ ਪ੍ਰਵੇਸ਼ ਕਰਨਾ ਹੋਵੇ ਪਹਿਲਾਂ ਦੁਆਰ ਦੀ ਲੋੜ ਪੈਂਦੀ ਹੈ। ਜੇ ਉਹ ਮੰਦਰ ਚਾਰੇ ਪਾਸਿਓਂ ਬੰਦ ਹੋਵੇ ਅਸੀਂ ਉਹ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਪਾਵਨੀ। ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਵ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਜੀਓ ਪਿਆਰੇ, ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ। ਇਹ ਜਿਹੜਾ ਸਰੀਰ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹੇ ਇਨਸਾਨ, ਜਿਵੇਂ ਇੱਕ ਬੂੰਦ ਵੀ ਪਾਣੀ ਹੈ ਤੇ ਸਮੁੰਦਰ ਵੀ ਪਾਣੀ ਹੈ, ਤੂੰ ਹਲੇ ਸਫ਼ਰ ਦੇ ਅੰਦਰ ਹੈ। ਜਿਤਨੇ ਉਹ ਪਰਮੇਸ਼ੁਰ ਦੇ ਅੰਦਰ ਮਿਲ ਗਿਆ, ਤੂੰ ਸਮੁੰਦਰ ਰੂਪ ਹੋ ਜਾਏਗਾ। ਹੈ ਤੂੰ ਵੀ ਲੁਕਿਆ ਛਿਪਿਆ ਰੱਬੀ ਹੈ, ਪਰ ਤੈਨੂੰ ਇਹ ਗੱਲ ਭੁੱਲ ਗਈ ਵੀ ਮੈਂ ਕੌਣ ਹਾਂ ਤੇ ਕਿੱਥੋਂ ਆਇਆ। ਆ ਸਰੀਰ ਦਾ ਪਤਾ ਹੈ, ਮੇਰਾ ਨਾਂ ਚੰਨਣ ਸਿੰਘ ਹੈ, ਮੇਰਾ ਨਾਂ ਜਾਗਰ ਸਿੰਘ ਹੈ, ਮੇਰਾ ਨਾਂ ਰਾਮ ਸਿੰਘ ਹੈ। ਜਨਮ ਤੋਂ ਪਹਿਲਾਂ ਤੂੰ ਕਿੱਥੇ ਸੀ, ਵਿੱਚ ਵਿਚਾਲੇ ਜੇ ਦੀ ਗੱਲ ਹੈ, ਮਰਨ ਤੋਂ ਬਾਅਦ ਕਿੱਥੇ ਚਲਿਆ ਜਾਵੇਂਗਾ। ਅੱਧੇ ਕੁ ਮੀਟਰ ਦਾ ਕੱਪੜਾ ਲੱਗਦਾ ਹੈ, ਜਿਉਂਦਿਆਂ ਦੀਆਂ ਹੱਡੀਆਂ, ਮਰਿਆਂ ਦੇ ਫੁੱਲ। ਅਸੀਂ ਕੀਰਤਪੁਰ ਸਾਹਿਬ ਪਾ ਦਿੰਦੇ ਹਾਂ, ਸਾਡੇ ਹਿੰਦੂ ਭਰਾ ਹਰਿਦੁਆਰ ਪਾ ਦਿੰਦੇ ਨੇ, ਜਾਂ ਹੋਰ ਵੀ ਬਹੁਤ ਜਗ੍ਹਾ ਤੇ। ਇਹ ਜਿਹੜਾ ਇਹਦੇ ਅੰਦਰ ਜੀਵ ਬੋਲਦਾ ਸੀ, ਉਹ ਕਿਹੜੀ ਵਸਤੂ ਹੈ? ਤੈਂ ਆਪਣੇ ਜਿਉਂਦੇ ਜੀ ਇਸ ਗੱਲ ਦੀ ਪਛਾਣ ਕਰਨੀ ਹੈ। ਜਿਵੇਂ ਮਹਾਂਰਿਸ਼ੀ ਰਮਨ ਹੋਏ ਨੇ, ਉਹ ਕਹਿੰਦੇ ਮੈਂ ਕੌਣ ਹਾਂ, ਬਸ ਇਹੀ ਗੱਲ ਦਾ ਉਹਨਾਂ ਨੇ ਅਭਿਆਸ ਕੀਤਾ। ਕੌਣ ਰੇ ਤੂੰ, ਕਹਾਂ ਤੇ ਆਇਆ, ਹੇ ਇਨਸਾਨ, ਹੇ ਜੀਵ, ਤੂੰ ਕੌਣ ਹੈ, ਕਿੱਥੋਂ ਆਇਆ ਹੈ, ਅਤੇ ਤੈਂ ਜਾਣਾ ਕਿੱਥੇ ਹੋ? ਇਹ ਗਿਆਨ ਤੈਨੂੰ ਕਿੱਥੋਂ ਮਿਲੇਗਾ? ਇਹ ਗਿਆਨ ਪੂਰਨ ਪੁਰਖਾਂ ਦੇ ਕੋਲੋਂ ਮਿਲਦਾ ਹੈ, ਇਹ ਗਿਆਨ ਗੁਰੂ ਦੇ ਕੋਲੋਂ ਮਿਲਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੇਰਾ ਆਦਿ ਮਾਤਾ ਦੀ ਗੋਦ ਸੀ, ਤੇਰਾ ਅੰਤ ਸ਼ਮਸ਼ਾਨ ਭੂਮ ਕੇ ਵਿੱਚ ਵਿਚਾਲੇ ਜੇ ਦੀ ਖੇਡ ਹੈ ਥੋੜ੍ਹੀ ਜੀ, ਤੇਰੇ ਮਰਨਾ ਯਾਦ ਨਹੀਂ ਹੈ। ਬਾਣੀ ਕਹਿੰਦੀ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲੈ ਬੁਰੇ ਮੀਤ, ਕਹੋ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਪੀਤ। ਇਹ ਗੁਰੂ ਪੀਰ ਅਵਤਾਰ ਲੋਕ ਜਿਹੜੇ ਆਉਂਦੇ ਨੇ, ਇਹ ਸਾਨੂੰ ਦੱਸਣ ਵਾਸਤੇ ਆਉਂਦੇ ਨੇ ਵੀ ਇੱਥੋਂ ਖੱਟਣ ਵਾਲੀਆਂ ਚੀਜ਼ਾਂ ਹੀ ਦੋ ਨੇ, ਇੱਕ ਸੇਵਾ ਹੈ ਤੇ ਇੱਕ ਸਿਮਰਨ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ, ਸਭ ਮੁਕਦੀ ਚੱਲੀ ਰਹਿਣ।
ਤੂੰ ਕੀ ਕਰਨ ਆਇਆ ਸੰਸਾਰ ਤੇ, ਜਗ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਬਹੁਰ ਨਾ ਹੋਏਗੋ ਫੇਰਾ ਅੰਤਰ ਜਾਮੀ, ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੇ, ਮੁਕ ਕਰ ਸੰਤਨ ਕੀ ਤੂਰੇ। ਪੰਚਮ ਪਾਤਸ਼ਾਹ ਮਹਾਰਾਜ ਬੀਬੀ ਪਾਨੀ, ਉਹਨਾਂ ਦੀ ਕੁੱਖ ਨੂੰ ਭਾਗ ਲਾਏ ਪਹਿਲਾਂ ਪਿਰਥੀ ਚੰਦ ਵੱਡੇ, ਉਹਨਾਂ ਦਾ ਜਨਮ ਹੋਇਆ। ਫਿਰ ਮਹਾਂਦੇਵ ਜੀ ਉਹਨਾਂ ਦੀ ਅਵਦੂਤ ਬਿਰਤੀ ਸੀ। ਜਿਹੜਾ ਅਵਦੂਤ ਮਹਾਤਮਾ ਹੁੰਦਾ ਉਹ ਤੋਂ ਕੋਈ ਹੋਰ ਨਹੀਂ ਲਾਹਾ ਲੈ ਸਕਦਾ। ਉਹ ਜਿਵੇਂ ਜਲ 'ਚ ਸੋਟੀ ਰੁੜੀ ਜਾਂਦੀ ਹੈ, ਉਹ ਆਪ ਤਰ ਜਾਂਦੀ ਹੈ। ਜਿਵੇਂ ਸਾਡੇ ਸੰਤ ਤੋਤਾਪੁਰੀ ਜੀ ਹੋਏ ਨੇ ਯੋਗੀ ਮਾਜਰੇ, ਔਰ ਉਹਨਾਂ ਨੇ ਨਗਨ ਫਿਰ ਤਰੰਗ ਏਕ ਹੈ ਉਹ ਸੋਭਾ ਪਾਏ। ਅਸੀਂ ਬਹਿ ਜਾਂਗੇ ਸਰਦੀ ਚੁੱਕ, ਨਹੀਂ ਬਹਿ ਸਕਦੇ। ਇਸੇ ਤਰ੍ਹਾਂ ਦਾਨੇ ਦੀਵਾਨੇ ਮਸਤਾਨੇ ਕਿੰਨੇ ਕਿਸਮਾਂ ਦੇ ਸੰਤ ਸਮੂਹ ਅਨੇਕ ਮਤੀ ਕੇ ਲਿਖ ਦਿੱਤਾ ਦਸਮ ਪਾਤਸ਼ਾਹ ਮਹਾਰਾਜ ਨੇ। ਮਹਾਂਦੇਵ ਜੀ ਦੀ ਅਵਧੂਤ ਬਿਰਤੀ ਹੈ, ਜਿਨ੍ਹਾਂ ਨੂੰ ਗਮੀ ਦਾ ਵੀ ਪਤਾ ਨਹੀਂ, ਖੁਸ਼ੀ ਦਾ ਵੀ ਪਤਾ ਨਹੀਂ। ਤੀਸਰਾ ਫਿਰ ਅਰਜਨ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ, ਉਹਨਾਂ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਨੇ ਉਹਨਾਂ ਨੂੰ ਜਪਿਆ, ਕਿਵੇਂ ਜਪਣਾ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਆ। ਤੂੰ ਉਹਨਾਂ ਦੀ ਬਾਣੀ ਪੜ੍ਹ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰ। ਆ ਸਾਰੀ ਬਾਣੀ ਪੰਚਮ ਪਾਤਸ਼ਾਹ ਮਹਾਰਾਜ ਵਿਚਾਰੀ ਹੈ, ਜਿਨ੍ਹਾਂ ਨੇ ਐਸੀ ਬਾਣੀ ਨੂੰ ਜਪਣਾ ਸ਼ੁਰੂ ਕਰ ਦਿੱਤਾ। ਇਹ ਇੱਕ ਦੁੱਖ ਨਹੀਂ ਮਿਟਾਉਂਦੀ, ਦੋ ਦੁੱਖ ਨਹੀਂ ਮਿਟਾਉਂਦੀ। ਸੁਣਿਆ ਦੁੱਖ ਪਾਪ ਦਾ ਨਾਸ, ਜਿੰਨੇ ਤੇਰੇ ਦੁੱਖ ਨੇ ਇਹ ਸਾਰੇ ਮਿਟ ਜਾਣਗੇ। ਪਰ ਹੇ ਇਨਸਾਨ, ਹੇ ਜੀਵ, ਇਹ ਮਲਵਈ ਕੀਰਤਨ ਪਹਿਲੇ ਹਿੱਸੇ ਵਿੱਚ ਦਾਸ, ਫਿਰ ਸਾਰੇ ਭਾਈ, ਤੀਸਰੇ ਪਾਸੇ ਬੀਬੀਆਂ ਵੀ ਬੋਲਿਆ ਕਰੋ। ਇੱਕ ਦੁੱਖ ਨਹੀਂ, ਦੋ ਨਹੀਂ, ਜਿਨ੍ਹਾਂ ਨੇ ਬਾਣੀ ਨੂੰ ਪੜਿਆ। ਸਭ ਦੁੱਖੜੇ ਮਿਟ ਜਾਂਦੇ ਜੇ ਕੋਈ ਮਨ ਕਰ ਪੜਦੈ ਬਾਣੀ। ਦੁੱਖੜੇ ਮਿਟ ਜਾਂਦੇ ਜੇ ਕੋਈ ਮਨ ਕਰ ਪੜਦੈ ਬਾਣੀ। ਜੇ ਕੋਈ ਮਨ ਕਰ ਪੜਦੈ ਬਾਣੀ। ਟੁਕੜੇ ਮਿਟ ਜਾਂਦੇ ਜੇ ਕੋਈ ਮਨ ਕਰ ਪੜਦੈ ਬਾਣੀ।
ਪੰਚਮ ਪਾਤਸ਼ਾਹ ਮਹਾਰਾਜ ਇੱਕ ਸਾਲ ਡੇਢ ਸਾਲ ਦੀ ਉਮਰ ਹੈ ਕੇਵਲ, ਗੁਰੂ ਅਮਰਦਾਸ ਮਹਾਰਾਜ ਦੇ ਆਸਣ ਤੇ ਬੈਠੇ ਨੇ, ਐ ਜਾ ਕੇ ਆਸਣ ਦੇ ਉੱਪਰ ਚੜ੍ਹਨ ਲੱਗੇ। ਬੀਬੀ ਭਾਨੀ ਜੀ ਕਹਿੰਦੇ, ਬੱਚਾ ਐਂ ਪਕੜ ਲਿਆ ਜਾ ਕੇ, ਇਹ ਬਹੁਤ ਪਵਿੱਤਰ ਆਸਣ ਹੈ, ਤੂੰ ਹਲੇ ਬੱਚਾ। ਗੁਰੂ ਅਮਰਦਾਸ ਮਹਾਰਾਜ ਬਹੁਤ ਵਿਖਤ ਵਰਤਮਾਨ ਦੀ ਗਿਆਤਾ, ਕਹਿੰਦੇ ਇੰਨੀ ਕਾਹਲੀ ਨਾ ਕਰ, ਇਹ ਆਸਣ ਹਲੇ ਪਹਿਲਾਂ ਤੇਰੇ ਪਿਤਾ ਨੂੰ ਮਿਲਣਾ, ਤੈਨੂੰ ਉਦੋਂ ਬਾਅਦ ਮਿਲਣਾ ਹੈ। ਦੋਹਿਤਾ ਬਾਣੀ ਕਿਆ ਬੋਹਿਤਾ, ਇਹ ਦੋਤਿਆ ਬਹੁਤ ਮਾਨਾ, ਤੂੰ ਤਾਂ ਐਸੀ ਬਾਣੀ ਦਾ ਸੰਗ੍ਰਹਿ ਕਰੇਗਾ ਜਿਹਦੇ ਨਾਲ ਰਹਿੰਦੀ ਦੁਨੀਆਂ ਤੱਕ ਸੰਸਾਰ ਦਾ ਭਲਾ ਹੋਵੇਗਾ, ਜਦ ਤੱਕ ਸ੍ਰਿਸ਼ਟੀ ਰਹੇਗੀ ਤਦੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੁਗੋ ਜੁਗ ਅਟਲ ਕਿਹਾ ਜਾਂਦਾ ਹੈ। ਤੂੰ ਐਸੇ ਪਿਆਰ ਦੇ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਕਿੰਨੀ ਸ਼ਰਧਾ ਭਾਵਨਾ, ਕਹਿੰਦੇ ਹਰ ਜੀਓ ਨਾਮ ਪੜਿਓ ਰਾਮਦਾਸ,
ਕਹਿੰਦੇ ਪਰਮੇਸ਼ੁਰ ਨੇ ਅਕਾਲ ਪੁਰਖ ਨੇ ਜਦ ਆਪਣੇ ਆਪ ਨੂੰ ਦੇਖਣਾ ਚਾਹਿਆ ਮੈਂ ਕਿਹੋ ਜਿਹਾ ਲੱਗਦਾ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਧਾਰਨ ਕਰਕੇ ਸੰਸਾਰ 'ਤੇ ਆ ਗਿਆ। ਗੱਲ ਹੈ ਵੀ ਅਸੀਂ ਐਸੀ ਜਗ੍ਹਾ 'ਤੇ ਖੜ੍ਹੇ ਹਾਂ, ਮਹਾਰਾਜ ਦੀ ਬਾਣੀ ਕਹਿੰਦੀ ਹੈ ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਜੇ ਤਾਂ ਅਸੀਂ ਸਿਮਰਨ ਕਰ ਲਿਆ, ਬਾਣੀ ਪੜ੍ਹ ਲਈ, ਨਿਤਨੇਮੀ ਬਣ ਗਏ, ਫਿਰ ਤਾਂ ਅੱਗੇ ਲੰਘ ਜਾਵਾਂਗੇ। ਨਹੀਂ, ਇਨਸਾਨ ਆਖਰੀ ਡੰਡੇ ਤੋਂ ਵੀ ਡਿੱਗ ਪਵੇ, ਸਟੈਪ ਤੋਂ ਸਿੱਧਾ ਥੱਲੇ ਆਉਂਦਾ, ਰਾਹ 'ਚ ਬ੍ਰੇਕਾਂ ਨਹੀਂ ਹਨ ਕੋਈ। ਇਸ ਪੌੜੀ 'ਤੇ ਤੈਨੂੰ ਇਹ ਮਾਨਸ ਜਨਮ ਕਿਸ ਵਾਸਤੇ ਮਿਲਿਆ? ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ, ਕੇਵਲ ਨਾਮ ਆਖਿਆ ਮਹਾਰਾਜ ਨੇ। ਸੋ ਪ੍ਰੇਮੀਓ, ਸਤਸੰਗੀ ਜਨੋ, ਫਿਰ ਗੁਰੂ ਅਮਰਦਾਸ ਮਹਾਰਾਜ ਜਾਣ ਲੱਗੇ ਉਹ ਵਸਤੂ, ਗੁਰੂ ਰਾਮਦਾਸ ਮਹਾਰਾਜ 'ਤੇ ਕਿਰਪਾ ਕਰ ਗਏ। ਗੁਰੂ ਰਾਮਦਾਸ ਮਹਾਰਾਜ ਨੇ ਉਹ ਵਸਤੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ। ਭਾਵੇਂ ਪਿਰਥੀ ਚੰਦ ਨੇ ਰੌਲਾ ਵੀ ਪਾਇਆ ਵੀ ਮੈਂ ਵੱਡਾ, ਮੈਨੂੰ ਪੱਗ ਚਾਹੀਦੀ ਹੈ। ਬਾਬਾ ਬੁੱਢਾ ਜੀ ਨੇ ਕਹਿੰਦੇ ਹੱਥੋਂ ਖੋਲੀ ਪੱਗ ਪਿਰਥੀ ਚੰਦ ਨੇ। ਭਰੀ ਸਮੈ ਪ੍ਰੇਮੀਓ, ਲੋਭੀ ਬੰਦਾ ਇੱਥੇ ਕੁਛ ਨਹੀਂ ਖੱਟਦਾ, ਗੁਰੂ ਘਰ 'ਚ ਬਿਨਾਂ ਜੁੱਤੀਆਂ ਤੋਂ ਕੁਛ ਨਹੀਂ ਮਿਲਦਾ। ਤੋ ਬਾਬਾ ਬੁੱਢਾ ਜੀ ਦੇ ਹੱਥੋਂ ਕਹਿੰਦੇ ਜਦ ਦਸਤਾਰ ਖੋਹੀ ਨਾ, ਬਾਬਾ ਬੁੱਢਾ ਜੀ ਕਹਿੰਦੇ ਗੁਰੂ ਨਾਨਕ ਦੀ ਜੋਤ ਤਾਂ ਸੀਨਾ ਪਾੜ ਕੇ ਹਿਰਦੇ 'ਚ ਬਹਿ ਜਾਂਦੀ ਹੈ, ਇਹ ਚਾਰ ਗਜ ਕੱਪੜੇ ਦੀ ਮੁਹਤਾਜ ਨਹੀਂ ਹੈ। ਚਾਰ ਗਜ ਕੱਪੜੇ ਦੀ ਮੁਹਤਾਜ ਨਹੀਂ, ਉਹ ਪਰਮੇਸ਼ੁਰ ਦੀ ਜੋਤ। ਤੋ ਫਿਰ ਪੰਚਮ ਪਾਤਸ਼ਾਹ ਮਹਾਰਾਜ ਆਸਣ ਤੇ ਆ ਗਏ। ਐਸੀ ਖੇਡ ਵਰਤ ਗਈ ਸੰਗਤਾਂ ਦੀ ਆਵਾਜਾਵੀ, ਬੜੇ ਮੋਹ ਭੋਖ ਦਾ ਜੱਗ ਲੱਗਿਆ ਹੋਇਆ। ਕਿਸੇ ਨੇ ਆ ਕੇ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਆਪ ਬਾਣੀ ਉਚਾਰਨ ਕਰਦੇ ਹੋ, ਪਹਿਲੇ ਗੁਰੂ ਸਾਹਿਬਾਨਾਂ ਦੀ ਵੀ ਬਾਣੀ ਹੈ, ਪਰ ਮੈਂ ਲਾਹੌਰ ਇੱਕ ਦੁਕਾਨ 'ਤੇ ਦੇਖਿਆ ਉਹ ਆਪਦਾ ਹੀ ਕੁਛ ਗਾਈ ਜਾਵੇ, ਨਾਲ ਨਾਨਕ ਪਦ ਲਾ ਦਿੰਦੇ ਨੇ। ਆਉਣ ਵਾਲੇ ਸਮੇਂ 'ਚ ਸੰਗਤਾਂ ਨੂੰ ਕਿਵੇਂ ਪਤਾ ਲੱਗੂ ਵੀ ਇਹ ਬਾਣੀ ਗੁਰੂ ਨਾਨਕ ਮਹਾਰਾਜ ਦੀ ਉਚਾਰਨ ਕੀਤੀ ਹੈ ਜਾਂ ਇਹ ਬਾਣੀ ਕਿਸੇ ਹੋਰ ਨੇ ਉਚਾਰਨ ਕੀਤੀ ਹੈ? ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੁਰਦਾਸ, ਤਿਆਰੀ ਕਰ ਬਈ, ਬਾਣੀ ਇਕੱਤਰ ਕਰਨੀ ਹੈ। ਆਪਨੇ ਬਹੁਤ ਦਫ਼ਾ ਸੁਣਿਆ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ, ਉਹਨਾਂ ਤੋਂ ਫਿਰ ਕਿਵੇਂ ਬਾਣੀ? ਭਾਈ ਗੁਰਦਾਸ ਗਏ, ਬਾਬਾ ਬੁੱਢਾ ਜੀ ਗਏ, ਨਹੀਂ ਫਿਰ ਆਪ ਚਲੇ ਜੇ ਪੰਜਵੇਂ ਪਾਤਸ਼ਾਹ ਨੰਗੇ ਪੈਰੀ ਚਰਨੀ, ਕਿਵੇਂ ਬਾਣੀ ਲਿਆਏ? ਔਰ ਬਾਣੀ ਦਾ ਸੰਗ੍ਰਹਿ ਕਰਨਾ ਸ਼ੁਰੂ ਕਰ ਦਿੱਤਾ। ਰੋਜ਼ ਮਹਾਰਾਜ ਬਾਣੀ ਉਚਾਰਦੇ ਨੇ,
15 ਭਗਤਾਂ ਦੀ। ਇੱਕ ਦਿਨ ਭਾਈ ਗੁਰਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਬਾਣੀ ਜਿਹੜੀ ਭਗਤਾਂ ਦੀ ਆਚਾਰ ਦਿਓ, ਜਿਵੇਂ ਆਪਾਂ ਹੁਣ ਦਿਮਾਗ ਹੈ ਵੀ ਕੋਲ ਕੋਈ ਗ੍ਰੰਥ ਨਹੀਂ ਕੁਛ ਹੋਰ ਨਹੀਂ। ਮਹਾਰਾਜ ਕਹਿੰਦੇ ਸਵਖਤ ਆ ਜਾ ਥੋੜਾ ਜਿਹਾ ਸਾਜ ਦਾ, ਕੌਣ ਜਾਣ ਸਕਦਾ ਗੁਰੂ ਪੀਰਾਂ ਦੀ ਸਾਧਨਾ। ਐਂ ਸਾਰੇ ਭਗਤ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੈਠੇ ਨੇ, ਬੋਲੋ ਸਤਨਾਮ। ਸਾਰੇ ਭਗਤ ਬਾਣੀ ਉਚਾਰਦੇ ਨੇ, ਤੂੰ ਠਾਕੁਰ ਬੈਰਾਗੁਰ ਮੈਂ ਜੇਹੀ ਖਣਚੇਰੀ ਰਾਮ, ਤੂੰ ਸਾਗਰ ਰਤਨਾਗਰ ਹੌਸਾਰ ਨਾ ਜਾਣਾ ਤੇਰੀ ਰਾਮ, ਉਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵ ਤੁਧਰੇ ਸੁਣਤੇ ਵੀ ਉਧਰੇ ਬਿਨਸੇ। ਉਹ ਜਿਹਨੂੰ ਦਿਖਾ ਦਿੰਦੇ ਨੇ ਬਿਰਲਾ ਕੋਈ ਜਾਣਦਾ ਤੂੰ ਹੈ ਬੇਅੰਤ ਸੁਆਮੀ, ਬਿਰਲਾ ਕੋਈ ਜਾਣਦਾ ਤੂੰ ਹੈ ਬੇਅੰਤ।
ਵਿਹਲਾ ਪੁਰਸ਼ ਜਾਣਦਾ ਜਿਹਨੂੰ ਦਿਖਾ ਦੇਣ। ਤੋ ਉਸ ਵੇਲੇ ਭਾਈ ਗੁਰਦਾਸ ਜੀ ਹੱਥ ਬੰਨ ਲਏ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸਾਧ ਨੂੰ ਨਹੀਂ ਜਾਣ ਸਕਦਾ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਖਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੋਂ, ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਬੜਦਾਣਾ, ਕਰ ਮੇਰਾ ਮਤ ਸਾਈ ਕਿਰਪਾ ਕੀਜੈ, ਸਾਹ ਮਤ ਦੀਜੈ ਆਠ ਪਹਿਰ ਤੁਗ ਧਿਆਈ, ਬਸ ਇੱਕੋ ਹੀ ਕਿਰਪਾ ਕਰ ਦੋ ਤੁਹਾਡੀ ਯਾਦ ਨਾ ਭੁੱਲੇ, ਵੇਲੇ ਤੁਹਾਡੀ ਯਾਦ ਬਣੀ ਰਹੇ, ਮੈਂ ਤੁਹਾਡੀ ਰਜਾ ਦੇ ਅੰਦਰ ਰਾਜੀ ਹੋ ਜਾਵਾਂ। ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਜਿਵੇਂ ਤੈਨੂੰ ਪਾਉਂਦਾ। ਉਸ ਵੇਲੇ ਲਾਹੌਰ ਸ਼ਹਿਰ ਦੇ ਅੰਦਰ ਪਤਾ ਲੱਗ ਗਿਆ ਸਾਰੇ ਬਈ ਮਹਾਰਾਜ ਬਾਣੀ ਉਚਾਰ ਰਹੇ ਨੇ, ਗੁਰੂ ਪੰਜਵੇਂ ਪਾਤਸ਼ਾਹ ਸੰਗ੍ਰਹਿ ਕਰਦੇ ਨੇ। ਤੋ ਉੱਥੇ ਇੱਕ ਸਿੱਖ ਨੂੰ ਲਾਹੌਰ ਸ਼ਹਿਰ ਦੇ ਅੰਦਰ ਚਾਰੇ ਪੂੰਜਿਆਂ ਦੇ ਅੰਦਰ ਚਾਰ ਭਗਤ ਰਹਿੰਦੇ ਸੀ, ਭਗਤ ਛੱਜੂ ਜੀ, ਪੀਲੋ ਜੀ, ਕਾਨਾ ਸ਼ਾਹ ਹੁਸੈਨ, ਕੋਈ ਸੰਨਿਆਸੀ ਹੈ ਕੋਈ ਵੈਰਾਗੀ ਹੈ, ਸਭ ਦਾ ਆਪੋ ਆਪਣਾ ਪੰਥ ਹੈ, ਸਭ ਚੰਗੇ ਨੇ ਜਿਹੜੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ, ਕਿਸੇ ਨੂੰ ਮਾੜਾ ਨਾ ਕਰੀਏ, ਅਸੀਂ ਗ੍ਰਿਸ਼ਤੀ ਲੋਕ ਹਾਂ ਪ੍ਰੇਮੀਓ, ਜੇ ਕਿਸੇ ਨੂੰ ਚੰਗਾ ਬਚਨ ਨਹੀਂ ਸਰਦਾ ਤਾਂ ਮਾੜਾ ਵੀ ਨਾ ਬੋਲੋ, ਨਾ ਜਾਣੇ ਕਿਸ ਭੇਸ ਮੇਂ ਮਿਲ ਜਾਏ ਭਗਵਾਨ, ਕੋਈ ਪਤਾ ਨਹੀਂ ਲੱਗਦਾ ਹੈ। ਤੋ ਉਹ ਭਗਤ ਆਪਸ ਵਿੱਚ ਹੀ ਇਕੱਠੇ ਵੀ ਹੋ ਜਾਂਦੇ ਸੀ, ਮੇਲਾ ਜੋਲਾ ਸੀ ਉਹਨਾਂ ਦਾ, ਕਿਉਂ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ, ਸੰਤਨ ਮੁਲਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੱਕਾ। ਉਹ ਕਹਿਣ ਲੱਗੇ ਇੱਕ ਸਿੱਖ ਨੂੰ, ਕਹਿੰਦੇ ਅੰਮ੍ਰਿਤਸਰ ਕੀ ਹੋ ਰਿਹਾ? ਉਹ ਕਹਿੰਦੇ ਪੰਜਵੇਂ ਪਾਤਸ਼ਾਹ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ, ਇੱਕ ਗ੍ਰੰਥ ਤਿਆਰ ਕਰ ਰਹੇ ਨੇ। ਕਹਿੰਦੇ ਅਸੀਂ ਸੁਣਿਆ ਜਿਹੜੇ ਭਗਤ ਚਲੇ ਗਏ ਸੰਸਾਰ ਤੋਂ ਉਹਨਾਂ ਦੀ ਬਾਣੀ ਰਚੀ ਜਾਂਦੇ ਨੇ, ਅਸੀਂ ਜਿਉਂਦੇ ਜਾਗਦੇ ਭਗਤਾਂ, ਸਾਨੂੰ ਦੁਨੀਆਂ ਭਗਤ ਕਹਿੰਦੀ ਹੈ, ਸਾਡੀ ਬਾਣੀ ਵੀ ਮਹਾਰਾਜ ਚਾੜਨ ਨੂੰ ਕਹਿੰਦਾ ਵੀ ਮੈਂ ਤਾਂ ਨਹੀਂ ਕਹਿ ਸਕਦਾ, ਤੁਸੀਂ ਅੰਮ੍ਰਿਤਸਰ ਚਲੇ ਜਾਓ, ਜਿਹਦੇ ਅੰਦਰ ਇੱਛਾ ਵੀ ਮੇਰੀ ਪ੍ਰਭਤਾ ਹੋਵੇ, ਧਨ ਜੋਬਨ ਪ੍ਰਭਤਾ ਕੇ ਮਦ ਮੇਂ ਐਨਸ ਫਿਰੇ ਦੀਵਾਨਾ। ਤੋ ਉਸ ਵੇਲੇ ਪ੍ਰੇਮੀਓ ਇੱਛਾ ਹੀ ਨਹੀਂ ਹੁੰਦੀ ਬੰਦਗੀ ਕਰਨ ਵਾਲੇ ਨੂੰ ਕਿਸੇ ਚੀਜ਼ ਦੀ, ਇੱਥੇ ਨਿਰਿਛਿਤ ਪੁਰਸ਼ ਦੁਖੀ ਹੈ, ਇੱਛਾ ਵਾਲਾ ਦੁਖੀ ਹੈ। ਆਪਾਂ ਕਿਉਂ ਦੁਖੀ ਹਾਂ? ਸਾਡੀ ਆਹ ਇੱਛਾ, ਆਹ ਇੱਛਾ। ਤੋ ਐਸੇ ਪਿਆਰ ਦੇ ਅੰਦਰ ਉਹ ਚਾਰੇ ਭਗਤਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਵੀ ਇਹ ਗ੍ਰੰਥ ਹੁਣ ਸਿੱਖਾਂ ਦੀ ਮਹਿਮਾ ਹੋਣੀ ਹੈ, ਆਪਣਾ ਗ੍ਰੰਥ ਵਿੱਚ ਨਾਮ ਆ ਜਾਏ, ਆਪਣਾ ਵੀ ਨਾਮ ਰਹਿ ਜਾਏਗਾ ਸੰਸਾਰ ਦੇ। ਉਹ ਚਾਰੇ ਇਕੱਠੇ ਹੋਏ, ਰਥ 'ਚ ਬਹਿ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਏ। ਮਹਾਰਾਜ ਕਹਿੰਦੇ ਦੱਸੋ ਭਾਈ, ਭਗਤੋ ਬਿਠਾਇਆ, ਸਤਿਕਾਰ ਕੀਤਾ। ਕਹਿੰਦੇ ਮਹਾਰਾਜ ਤੁਸੀਂ ਜਿਹੜੇ ਭਗਤ ਖਵਨੀ ਕਿਹੜੇ ਵੇਲੇ ਦੇ ਸਰੀਰ ਛੱਡ ਗਏ, ਬਾਬਾ ਫਰੀਦ, ਭਗਤ ਕਬੀਰ, ਨਾਮਦੇਵ, ਉਹਨਾਂ ਦੀ ਬਾਣੀ ਇਸ ਗ੍ਰੰਥ ਦੇ ਅੰਦਰ ਦਰਜ ਕਰਦੇ ਹੋ, ਅਸੀਂ ਜਿਉਂਦੇ ਜਾਗਦੇ ਭਗਤ। ਮਹਾਰਾਜ ਕਹਿੰਦੇ ਕੋਈ ਨਾ,
ਤੁਸੀਂ ਵੀ ਬਾਣੀ ਉਚਾਰਨ ਕਰੋ। ਉਹਨਾਂ ਨੇ ਕੀ ਬਾਣੀ? ਕਾਨਾ ਸੀ ਕਾਨਾ ਭਗਤ, ਮੈਂ ਉਹੀ ਰੇ ਮੈਂ ਉਹੀ ਰੇ ਜਿਨ ਸਗਲੀ ਸ੍ਰਿਸ਼ਟੀ ਮੋਹੀ ਰੇ। ਮਹਾਰਾਜ ਕਹਿੰਦੇ ਕਾਨਿਆ, ਬਾਣੀ ਤਾਂ ਤੂੰ ਤੋਂ ਸ਼ੁਰੂ ਹੁੰਦੀ ਹੈ, ਤੂੰ ਤੋਂ, ਮੈਂ ਤੋਂ ਨਹੀਂ ਹੁੰਦੀ। ਇਹ ਸਾਡੇ ਤੁਹਾਡਾ ਮਿਲਦੇ ਨਹੀਂ ਵਿਚਾਰ। ਜਿੱਥੇ ਮੈਂ ਉੱਥੇ ਪਰਮੇਸ਼ਰ ਕਿੱਥੇ? ਅਸੀਂ ਕਹਿੰਦੇ ਹਾਂ ਮੈਂ ਇੰਨਾ ਪਾਠ ਕੀਤਾ, ਮੈਂ ਆਹ ਦਾਨ ਕੀਤਾ, ਮੈਂ ਇੰਨੇ ਪੈਸੇ ਡਾਲਰ ਗੁਰੂ ਘਰ ਨੂੰ ਦਿੱਤੇ। ਪਾਤਸ਼ਾਹ ਦੀ ਬਾਣੀ ਕੀ ਕਹਿੰਦੀ ਹੈ? ਤੀਰਥ ਬਰਤ ਅਰਦਾਨ ਕਰ ਮਨ ਮੇ ਤਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ। ਸਜੇ ਹੱਥ ਨਾਲ ਸੇਵਾ ਕਰੀਏ, ਦਾਨ ਕਰੀਏ, ਖੱਬੇ ਨੂੰ ਵੀ ਪਤਾ ਨਾ ਲੱਗੇ। ਤਾਂ 9 ਮਿੰਟਾਂ ਕਰਾਉਂਦੇ ਫਿਰਦੇ ਆ, ਕਿਉਂ ਨਹੀਂ ਸਾਡੇ ਪੁੰਨ ਬਣਦੇ? ਤਾਂ ਉਸ ਵੇਲੇ ਇੱਕ ਕਹਿੰਦਾ ਇਸਤਰੀਆਂ ਨੂੰ ਵੀ ਇਹਨਾਂ ਨੂੰ ਮੱਥੇ ਨਹੀਂ ਲਾਉਣਾ ਚਾਹੀਦਾ। ਕੋਈ ਕਹਿੰਦਾ ਕਾਲ ਪੂਤ ਵੀ ਹਸਤ ਨਹੀਂ। ਬਹੁਤ ਉਹਨਾਂ ਨੇ, ਜਦ ਉਹਨਾਂ ਨੇ ਇਹ ਗੱਲਾਂ ਕਹੀਆਂ, ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਆਏ ਹੋ, ਤੁਹਾਡਾ ਸਤਿਕਾਰ ਹੈ, ਬੰਦਗੀ ਕਰਦੇ ਹੋ, ਪਰ ਤੁਸੀਂ ਹਜੇ ਉੱਥੇ ਨਹੀਂ ਪਹੁੰਚੇ ਜਿੱਥੇ ਜਾ ਕੇ ਬਾਣੀ ਉਤਰਦੀ ਹੈ। ਤੁਸੀਂ ਹਜੇ ਉਸ ਦੁਆਰ ਤੇ ਨਹੀਂ ਪਹੁੰਚੇ ਜਿੱਥੇ ਜਾ ਕੇ ਅਨੁਭਵ ਹੋ ਜਾਂਦਾ ਹੈ, ਜਿੱਥੇ ਆਏ ਜਿਵੇਂ ਚਸ਼ਮੇ ਚੋਂ ਜਲ ਵਹਿੰਦਾ ਹੈ। ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ। ਮਹਾਰਾਜ ਕਹਿੰਦੇ ਤੁਸੀਂ ਹਜੇ ਉੱਥੇ ਪਹੁੰਚੇ ਨਹੀਂ ਭਗਤੋ, ਠੀਕ ਹੈ ਤੁਹਾਡਾ ਸਤਿਕਾਰ ਹੈ। ਉਹ ਕਹਿਣ ਲੱਗੇ, ਕਾਨਾ ਕਹਿੰਦਾ ਵੀ ਤੁਸੀਂ ਦਰਜ ਨਹੀਂ ਕਰਦੇ? ਮਹਾਰਾਜ ਕਹਿੰਦੇ ਨਹੀਂ। ਇਸ ਗ੍ਰੰਥ ਦੇ ਅੰਦਰ ਮੈਨੂੰ ਜੋ ਬਾਣੀ ਪਰਮੇਸ਼ਰ ਦੇ ਦਰੋਂ ਕੁਰਮਾ ਰਹੀ ਹੈ ਮੈਂ ਉਹ ਲਿਖਣੀ ਹੈ। ਇੱਕ ਵੀ ਲਫ਼ਜ਼ ਨਹੀਂ ਲਿਖਣਾ ਕਿਸੇ ਦੇ ਦਾਬੇ ਹੇਠ ਆ ਕੇ। ਉਹ ਕਹਿਣ ਲੱਗਿਆ ਮਾੜੀ ਮੋਟੀ ਸ਼ਕਤੀ ਰਿੱਧੀ ਸਿੱਧੀ ਹੁੰਦੀ ਹੈ। ਕਾਨਾ ਭਗਤ ਕਹਿੰਦਾ ਫਿਰ ਤੁਸੀਂ ਸਾਡਾ ਨਿਰਾਦਰ ਕੀਤਾ। ਮਹਾਰਾਜ ਕਹਿੰਦੇ ਮੈਂ ਗੱਠ ਤਾਂ ਨਹੀਂ ਪਾਈ, ਚਿੱਠੀ ਤਾਂ ਨਹੀਂ ਪਾਈ, ਤੁਹਾਨੂੰ ਤੁਸੀਂ ਆਪ ਪਾਏ ਹੋ, ਤੁਹਾਡਾ ਸਤਿਕਾਰ ਕੀਤਾ। ਇਹ ਬਾਣੀ ਦਰਜੇ ਤਾਂ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਹੋਏ। ਮੈਂ ਇਹ ਗੱਲ ਤੁਹਾਡੀ ਨਹੀਂ ਮੰਨ ਸਕਦਾ। ਕਹਿੰਦਾ ਫਿਰ ਗੱਲ ਸੁਣ ਲਓ, ਮੈਂ ਸਰਾਪ ਦਿੰਦਾ ਤੁਹਾਨੂੰ, ਤੁਹਾਨੂੰ ਮੁਗਲ ਪਕੜ ਕੇ ਲੈ ਜਾਣਗੇ, ਤੱਤੀਆਂ ਤਵੀਆਂ ਤੇ ਬਿਠਾਉਣਗੇ। ਮਹਾਰਾਜ ਕਹਿੰਦੇ ਕਾਨਿਆ ਇਹ ਤੇਰੇ ਸਰਾਪ ਨਾਲ ਨਹੀਂ, ਇਹ ਤਾਂ ਮੈਂ ਆਇਆ ਹੀ ਇਸ ਕੰਮ ਵਾਸਤੇ। ਸਾਨੂੰ ਪਤਾ ਅਸੀਂ ਤਾਂ ਜਦ ਜਾਵਾਂਗੇ ਬੈਠਾਂਗੇ ਬੈਠਾਂਗੇ, ਪਰ ਤੈਨੂੰ ਅਸੀਂ ਹੁਣ ਲਾਹੌਰ ਨਹੀਂ ਪਹੁੰਚਣ ਦਿੰਦੇ। ਇਹ ਗੁਰੂ ਨਾਨਕ ਦਾ ਦਰ ਹੈ, ਤੈਨੂੰ ਅਸੀਂ ਲਾਹੌਰ ਨਹੀਂ ਪਹੁੰਚਣ ਦਿੰਦੇ। ਕਹਿੰਦਾ ਮੈਂ 10ਵਾਂ ਦਵਾਰ ਸਵਾਸ ਚਾੜ ਦੂੰਗਾ। ਮਹਾਰਾਜ ਕਹਿੰਦੇ ਚੱਲ ਫਿਰ ਤੇਰਾ 10ਵਾਂ ਹੀ ਭੰਨਾਂਗੇ, ਤੂੰ ਐਡੇ ਫਿੱਕੇ ਬੋਲ। ਉਹ ਕਾਨਿਆ ਫਿੱਕਾ ਬੋਲ ਵਿਗੋਚੇ ਦੈ ਸੁਣਿਆਣ ਜਾਣ ਮਨਾ, ਬੋਲ ਵਿਗੋਚੇ ਦੈ ਸੁਣਿਆਣ ਜਾਣ ਮਨਾ, ਫਿੱਕਾ ਬੋਲ ਵਿਗੋਚੇ ਦੈ ਸੁਣਿਆਣ ਜਾਣ ਮਨਾ।
ਮਿੱਠਾ ਬੋਲਣ ਤੇ ਕੋਈ ਪੈਸੇ ਤਾਂ ਨਹੀਂ ਲੱਗਦੇ। ਮਿੱਠਾ ਕਿਸੇ ਨੂੰ ਜੇ ਕੁਛ ਹੋਰ ਨਹੀਂ ਦੇ ਸਕਦੇ ਤਾਂ ਪਿਆਰ ਦੇ ਲਫ਼ਜ਼ ਹੀ ਬੋਲਿਆ ਕਰ, ਪਰ ਪਿਆਰ ਦੇ ਲਫ਼ਜ਼ ਬੰਦਗੀ ਬਿਨਾਂ ਨਹੀਂ ਬੋਲੇ ਜਾਂਦੇ। ਮਿੱਠਾ ਬੋਲਣ ਨਿਭ ਚੱਲਣ ਹੱਥੋਂ ਪੀ ਕਿਸ਼ ਦੇ ਰੱਬ ਤਿਨਾਂ ਦੀ ਬੁੱਕਣੀ ਜੰਗਲ ਕਿਆ ਢੂੰਡੇ ਐਂ ਪ੍ਰਗਟ ਹੋ ਜੂ ਭੇਦ ਖੁੱਲ ਜੂ ਉਸ ਗੱਲ ਦਾ ਪਰਮੇਸ਼ੁਰ ਕੀ ਹੈ। ਬਸ ਕਹਿਣ ਲੱਗਿਆ ਮੈਂ ਤਾਂ ਦਸਵਾਂ ਦੁਆਰ ਸਵਾਸ ਚਾੜ ਲੈਣੇ ਨੇ। ਮਹਾਰਾਜ ਕਹਿੰਦੇ ਚੱਲ ਤੇਰਾ ਦਸਵਾਂ ਹੀ ਭਰਿਆ, ਚੱਲ ਪਿਆ ਸਵਾਸ ਚਾੜਨ ਦੇ ਨਾਲ ਦਿਆਂ ਨੂੰ ਕਹਿੰਦਾ ਤੁਸੀਂ ਲੈ ਜਿਓ। ਰਸਤੇ 'ਚ ਇਹੋ ਜਿਹੀ ਅੰਧੇਰੀ ਆ ਗਈ, ਇਹੋ ਜਿਹੀ ਅੰਧੇਰੀ, ਕਦੇ ਕਦੇ ਹੈਰਾਨ ਹੋ ਜਾਈਦਾ ਸ਼ਕਤੀ ਵੀ ਕੋਲ ਹੈ, ਕਾਨੇ ਵਰਗਿਆਂ ਦੇ ਪੰਜਵੇਂ ਪਾਤਸ਼ਾਹ ਦਾ ਦਰਸ਼ਨ ਵੀ ਹੋ ਗਿਆ, ਪਰ ਫਿਰ ਵੀ ਸਰਾਪ ਵੀ ਲੈ ਬੈਠੇ। ਕਿਉਂ? ਕਿਉਂਕਿ ਸ਼ਰਧਾ ਦੀ ਅੱਖ ਨਹੀਂ ਸੀ ਕੋਲੇ, ਭਾਵਨਾ ਦੀ ਅੱਖ ਨਹੀਂ ਸੀ ਕੋਲੇ। ਆਪਦੇ ਆਪ ਨੂੰ ਹਰਜੂ ਅਹੰਕਾਰ ਨਾ ਪਾਵਈ ਬੇਦਕੂਕ ਸੁਣਾਵੇ। ਬੇਦਕੂਕਾਂ ਮਾਰ ਮਾਰ ਕੇ ਸੁਣਾਉਂਦੇ ਨੇ, ਹਰਜੀ ਨੂੰ ਅਹੰਕਾਰ ਨਹੀਂ ਪਾਉਂਦਾ। ਉਸ ਵੇਲੇ ਇੰਨੇ ਤੈਂ ਜਪ ਤਪ ਵੀ ਕੀਤੇ ਕਾਨਿਆਂ, ਤੈਨੂੰ ਦਸਮ ਦੁਆਰ ਸਵਾਸ ਵੀ ਚੜ੍ਹਾਉਣੇ ਆ ਗਏ। ਅੱਜ ਲੱਭਦਾ ਕੋਈ ਜਿਹੜਾ ਕਹੇ ਮੇਰੇ ਸਵਾਸ ਚੜ੍ਹਦੇ ਨੇ, ਮੈਂ ਚਾੜ ਵੀ ਲੈਣਾ ਤੇ ਲਾਭ ਵੀ ਲੈਣਾ। ਤੈਨੂੰ ਸਵਾਸ ਵੀ ਦਸਮ ਦੁਆਰ ਚੜ੍ਹਾਉਣੇ ਆ ਗਏ, ਪਰ ਹੇ ਕਾਨਿਆ ਤੈ ਤਾਂ ਇੰਨੇ ਜਪ ਤਪ ਕਰ ਲੈ ਸ਼ਾਂਤ ਨਾ ਆਈ, ਸ਼ਾਂਤ ਨਾ ਆਈ, ਇੰਨੇ ਜਪ ਤਪ ਕਰ ਲੈ ਸ਼ਾਂਤ ਨਾ ਆਈ, ਸ਼ਾਂਤ ਨਹੀਂ ਆਈ। ਅਜੇ
ਅਜੇ ਵੀ ਮਨ ਸ਼ਾਂਤ ਨਾ ਆਈ ਅਜੇ ਵੀ ਮਨ ਨੂੰ ਸ਼ਾਂਤ ਨਾ ਅਜੇ ਵੀ ਮਨ ਨੂੰ ਸ਼ਾਂਤ ਨਾ ਆਈ ਇਹਨੇ ਜਪ ਤਪ ਕਰ ਲੈ ਸ਼ਾਂਤ ਨਾ ਆਈ ਸ਼ਾਂਤ ਨਹੀਂ ਆਈ ਸੈਂਦਾ ਇਹਨੇ ਜਪ ਤਪ ਕਰ ਲੈ ਸ਼ਾਂਤ ਨਾ ਆਈ ਸ਼ਾਂਤ ਨਹੀਂ ਆਈ ਜਪ ਤਪ ਕੀਏ ਬਹੁਤ ਮੈਂ ਪਾਈ ਤੋ ਮੇਰੇ ਉਰ ਸ਼ਾਂਤ ਨਾ ਆਈ ਸ਼ਾਂਤ ਕਿਉਂ ਨਹੀਂ ਆਈ ਕਿਸੇ ਬ੍ਰਹਮ ਗਿਆਨੀ ਦਾ ਆਸ਼ੀਰਵਾਦ ਨਹੀਂ ਮਿਲ ਸਕਿਆ ਕਿਸੇ ਬਾਬਾ ਨੰਦ ਸਿੰਘ ਜੀ ਮਹਾਰਾਜ ਵਰਗੇ ਬਾਬਾ ਜੀ ਸਿਆੜ ਵਰਗੇ ਮਹਾਰਾਜ ਵਰਗੇ ਸਾਧੂ ਦੀ ਖੁਸ਼ੀ ਨਹੀਂ ਲੈ ਸਕਿਆ ਆਸ਼ੀਰਵਾਦ ਨਹੀਂ ਲੈ ਸਕਿਆ ਮਹਾਰਾਜ ਕਹਿੰਦੇ ਚੱਲ ਤੇਰਾ ਦਸਵਾਂ ਹੀ ਭੰਨ ਦਾਂਗੇ ਵੀ ਗੁਰੂ ਨਾਨਕ ਦਾ ਦਰਬਾਰ ਹੈ ਤੂੰ ਕੀ ਸਮਝਿਆ ਆਪਣੇ ਆਪ ਨੂੰ ਚਲਿਆ ਗਿਆ ਪੈ ਗਿਆ ਦਸਮ ਦੁਆਰ ਸਵਾਸ ਝਾੜ ਲਏ ਰਸਤੇ 'ਚ ਹਨੇਰੀ ਆ ਗਈ ਕਾਲੀ ਗੋਲੀ ਇਹੋ ਜਿਹਾ ਟੋਆ ਸੀ ਜਿਹੜਾ ਰਥ ਚਲਾਉਣ ਵਾਲੇ ਨੂੰ ਨਹੀਂ ਦਿਸਿਆ ਹੈ ਬਸ ਉਹ ਟੋਏ ਦੇ ਅੰਦਰ ਜਦ ਇਹ ਰਥ ਦਾ ਪਹੀਆ ਵੱਜਿਆ ਇਹ ਪਤਾ ਨਹੀਂ ਕਿਵੇਂ ਮਹਾਰਾਜ ਦਾ ਬਚਨ ਕੀਤਾ ਮੂਹਰੇ ਜਾਗ ਗਿਆ ਪਹੀਆ ਸੀਸ ਦੇ ਉੱਪਰ ਦੀ ਲੰਘ ਗਿਆ ਬਚਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਕਿਉਂਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਹੜਾ ਗੁਰੂਆਂ ਪੀਰਾਂ ਨਾਲ ਕਹਿੰਦਾ ਉਹਦੇ ਤਾਂ ਖੋਟੇ ਕਰਮ ਜਾਗਦੇ ਹਨ ਉਹਦੇ ਖੋਟੇ ਕਰਮ ਜਾਗਦੇ ਜਿਹੜਾ ਨਿੰਦਿਆ ਕਰਦਾ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਨਿੰਦਿਆ ਨਹੀਂ ਜ਼ਹਿਰ ਦਾ ਕੰਮ ਕਰ ਦੇਣਾ ਬਸ ਐਂ ਸਿਰ ਦੇ ਉੱਤੋਂ ਦੀ ਪਹੀਆ ਲੰਘਿਆ ਆਹਾ ਸੰਤ ਕਾ ਦੁਖੀ ਅੱਧ ਵੀਚ ਦੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਕੀ ਖੇਡ ਵਰਤੀ ਹੈ ਮਾਰਨ ਦੀ ਲੋੜ ਨਹੀਂ ਹੈ ਆਪੇ ਹੀ ਮਰ ਜਾਣਗੇ ਸੰਤਾਂ ਦੇ ਦੁਖੀ ਜਿਹੜੇ ਆਪੇ ਹੀ ਮਰ ਜਾਣਗੇ ਸੰਤਾਂ ਦੇ ਦੁਖੀ ਜਿਹੜੇ ਮਰ ਜਾਣਗੇ ਸੰਤਾਂ ਦੇ ਦੁਖੀ ਨੇ ਜਿਹੜੇ ਆਪੇ ਹੀ ਮਰ ਜਾਣਗੇ ਸੰਤਾਂ ਦੇ ਦੁਖੀ ਨੇ ਜਿਹੜੇ ਆਪੇ ਮਰ ਜਾਣਗੇ
ਸੰਤ ਕਾ ਦੁਖੀ ਅੱਧ ਬੀਜ ਤੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਬਚਿਆ ਕਰੀਏ ਜਿੰਦਿਆਂ ਤੇ ਤੋ ਐਸੇ ਉਹਨੂੰ ਲੈ ਜਾਂਦੇ ਨੇ ਸਿਰ ਕਿਤੇ ਹੈ ਸਿਰ ਬਚਾਲਿਓ ਟੋਟੇ ਟੋਟੇ ਹੋ ਗਿਆ ਹੈ ਲਗਾਏ ਉਹਦੇ ਡੇਰੇ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਕਿਹਾ ਸ਼ਜੂ ਭਗਤ ਜੀ ਕਹਿੰਦੇ ਅਸੀਂ ਰੋਕਿਆ ਵੀ ਚੁੱਪ ਕਰ ਜਾ ਚੁੱਪ ਨਾ ਕਰ ਸਕਿਆ ਅਨਹੋਣੀ ਕਦੇ ਹੁੰਦੀ ਨਹੀਂ ਤੇ ਹੋਣੀ ਕਦੇ ਟਲਦੀ ਨਹੀਂ ਬਸ ਉਸ ਵੇਲੇ ਐਸੀ ਖੇਡ ਵਰਤੀ ਜਿਸਨੇ ਕੀਤੀ ਜਰਾ ਬੇਅਦਬੀ ਇਸ ਗਲੀ ਵਿੱਚ ਸਹੀ ਹੋ ਜਿਉਂ ਮਨਸੂਰ ਚੜਾਇਆ ਸੂਰੀਆ ਪੜ ਕੇ ਫਿਰ ਨਾ ਸਾਨੂੰ ਕਹੀਓ ਇਹ ਅਦਬ ਵਾਲਾ ਥਾਂ ਜਿਉਂ ਮਨਸੂਰ ਚੜਾਇਆ ਸੂਲੀ ਜਿਉਂ ਮਨਸੂਰ ਚੜਾਇਆ Thank you.
ਚੜਾਇਆ ਸੂਲੀ ਫੇਰ ਨਾ ਸਾਨੂੰ ਕਹੀਓ ਉਹਨੇ ਕਿਉਂ ਦੁੱਖ ਪਾਇਆ। ਗੁਰੂ ਪੀਰਾਂ ਦਾ ਵਿਰੋਧ ਕੀਤਾ ਪ੍ਰੇਮੀਓ ਨਮਸਕਾਰ ਕਰਦੇ ਰਹੀਏ। ਇੱਥੋਂ ਲੈਸਨ ਕੀ ਹੈ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ। ਸੋ ਪ੍ਰੇਮੀਓ ਨਿਤਨੇਮੀ ਬਣੀਏ, ਗੁਰੂ ਮਹਾਰਾਜ ਦੇ ਲੜ ਲੱਗੀਏ, ਇੱਥੋਂ ਸਭ ਕੁਛ ਮਿਲਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਹੁਣ ਹਰ ਜਸ ਪੜ ਕੇ ਸੰਪੂਰਨਤਾ ਹੈ, ਮਹਾਰਾਜ ਜੀ ਕਿਰਪਾ ਕਰਨ। ਸੰਤ ਜਨਾਂ ਨੇ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕੱਲ ਦੇ ਸਮੇਂ ਦੀ ਫੇਰ ਉਲੀਕ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾਂ, ਹਰ ਜਸ ਗਾਇਓ ਜੀ ਮਿਲ ਕੇ ਸੰਤ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।